ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਸਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੁ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਰਸਨਾ ਨੂੰ ਕਰੋ ਪਵਿੱਤਰ ਪਿਆਰ ਸਤਿਕਾਰ ਨਾਲ ਗੁਰ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਰਬੱਤ ਮਾਈ ਭਾਈ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕਾਫੀ ਲੰਮੇਰੇ ਸਮੇਂ ਤੋਂ ਲੈ ਕਰਕੇ ਇਕੱਤਰ ਹੋ ਬੈਠੇ ਹਾਜ਼ਰੀਆਂ ਲਗਵਾ ਰਹੇ ਹੋ। ਸਮੁੱਚੀਆਂ ਸੰਗਤਾਂ ਨੂੰ ਭਲੀ ਪ੍ਰਕਾਰ ਇਹ ਵਿਦਿਤ ਹੈ ਕਿ ਐਤਵਾਰ ਦੇ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਮਹਾਨ ਗੁਰਮਤਿ ਸਮਾਗਮ ਹੋ ਰਹੇ ਨੇ ਉੱਥੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਇਸ ਵੀਕੈਂਡ 'ਤੇ ਬੜੇ ਪਿਆਰ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। ਕੱਲ੍ਹ ਦਾ ਜੋ ਦਿਨ ਗੁਜ਼ਰਿਆ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦੇ ਸੰਬੰਧ ਵਿੱਚ ਆਪ ਜੀ ਨੇ ਵਿਚਾਰਾਂ ਸ਼੍ਰਵਣ ਕੀਤੀਆਂ ਸਨ ਰਾਤਰੀ ਦੇ ਦੀਵਾਨ ਵਿੱਚ ਕਿ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ
ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ ਗੁਰੂ ਕੀ ਬਡਾਲੀ ਨਗਰ ਦੇ ਅੰਦਰ ਕਿਵੇਂ ਪ੍ਰਕਾਸ਼ ਹੋਇਆ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਕਿਵੇਂ ਸਖਿਆਤ ਹੋਏ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਤੱਤ ਵੇਤਿਆਂ ਦੇ ਬਚਨਾਂ ਨੂੰ ਆਪ ਕਿਵੇਂ ਸਖਿਆਤ ਕੀਤਾ। ਗੁਰੂ ਕੀ ਬਡਾਲੀ ਗਏ ਸਤਿਗੁਰੂ ਪਾਤਸ਼ਾਹ ਸਾਹਿਬਜ਼ਾਦਿਆਂ ਦਾ ਪ੍ਰਕਾਸ਼ ਹੁੰਦਾ ਹੈ। ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਆ ਕਰਕੇ ਜਦੋਂ ਸੰਗਤਾਂ ਬੇਨਤੀ ਕਰਕੇ ਲੈ ਕੇ ਆਈਆਂ, ਬੇਅੰਤ ਗੁਰਬਾਣੀ ਦੇ ਸ਼ਬਦ ਪਰਮਾਤਮਾ ਦੇ ਸ਼ੁਕਰਾਨੇ ਨਿਮਿੱਤ ਹਰਿਮੰਦਰ ਸਾਹਿਬ ਜੀ ਦੇ ਸਨਮੁਖ ਦਰਸ਼ਨੀ ਡਿਉੜੀ ਦੇ ਸਾਹਮਣੇ ਸਤਿਗੁਰਾਂ ਦੀ ਵਾਣ ਵਿੱਚ ਉਚਾਰਨ ਕੀਤੇ, ਗੁਰੂ ਕੇ ਮਹਿਲਾਂ ਦੇ ਵਿੱਚ ਨਿਵਾਸ ਕੀਤਾ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਤੱਤੀਆਂ ਤਵੀਆਂ ਦੇ ਵੱਲ ਚੌਂਕੜੇ ਲਾਉਣ ਵਾਸਤੇ ਤਿਆਰੀਆਂ ਕੀਤੀਆਂ, ਕਿਉਂਕਿ ਬਾਬਾ ਪਿਰਥੀ ਚੰਦ ਜੀ ਵਰਗਿਆਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਉੱਪਰ ਸੁਲਹੀ ਵਰਗੇ ਕਦੇ ਸੁਲੱਭੀ ਵਰਗੇ ਚੜ੍ਹਾ ਕੇ ਲਿਆਂਦੇ, ਚੰਦੂ ਦੇ ਨਾਲ ਮੇਲ ਕੀਤਾ ਬਾਦਸ਼ਾਹ ਦੇ ਦੀਵਾਨ ਦੇ ਨਾਲ। ਫਿਰ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਦੇ ਸੰਬੰਧ ਵਿੱਚ ਇਹ ਵੀ ਬਾਦਸ਼ਾਹ ਦੇ ਕੰਨ ਭਰੇ ਗਏ ਕਿ ਜਿਹੜੀ ਬਾਣੀ ਗ੍ਰੰਥ ਸਾਹਿਬ ਗੁਰੂ ਅਰਜਨ ਸਾਹਿਬ ਨੇ ਤਿਆਰ ਕੀਤਾ ਹੈ, ਉਸ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਬਾਦਸ਼ਾਹ ਤੁਹਾਡੇ ਧਰਮ ਨੂੰ ਬੜਾ ਨੀਵਾਂ ਦਿਖਾਇਆ ਹੈ, ਤੁਹਾਡੇ ਧਰਮ ਦੀ ਹਜੋ ਕੀਤੀ ਹੈ, ਨਿੰਦਾ ਕੀਤੀ ਹੈ। ਅਤੇ ਬਾਕੀ ਕਿਹਾ ਗਿਆ ਕਿ ਹਰਿਮੰਦਰ ਸਾਹਿਬ ਦੀ ਰਚਨਾ ਗੁਰੂ ਅਰਜਨ ਸਾਹਿਬ ਨੇ ਕੀਤੀ, ਜਿਸ ਉੱਪਰ ਬੇਅੰਤ ਮਾਇਆ ਕਰਕੇ ਖਰਚ ਆਇਆ, ਸਤਿਗੁਰਾਂ ਨੇ ਆਪਣੇ ਪਾਸ ਚੋਰ ਧਾੜ ਵੀ ਡਾਕੂ ਰੱਖੇ ਨੇ ਜਿਹੜੇ ਮਾਇਆ ਲਿਆ ਕੇ ਗੁਰੂ ਅਰਜਨ ਸਾਹਿਬ ਨੂੰ ਦਿੰਦੇ ਨੇ। ਇਹ ਸਾਰਾ ਕੁਝ ਕਹਿ ਕਹਾ ਕੇ ਪਿਰਥੀ ਚੰਦ ਵੱਲੋਂ ਹੋਇਆ ਚੰਦੂ ਦੇ ਰਾਹੀਂ ਜਹਾਂਗੀਰ ਦੇ ਕੋਲੋਂ ਚਿੱਠੀ ਲਿਖਾਈ ਗਈ। ਉਸ ਪੱਤਰਿਕਾ ਦੇ ਉੱਤੇ ਲਿਖਿਆ ਗਿਆ ਸੀ ਕਿ ਐ ਗੁਰੂ ਅਰਜਨ ਸਾਹਿਬ, ਮੈਨੂੰ ਲਾਹੌਰ ਵਿੱਚ ਆ ਕਰਕੇ ਮਿਲਣਾ ਕਰੋ, ਸੰਗਤਾਂ ਦੇ ਵੱਲੋਂ ਇਲਾਕੇ ਵੱਲੋਂ ਸ਼ਿਕਾਇਤ ਆਈ ਹੈ, ਉਸ ਦੇ ਆਧਾਰ 'ਤੇ ਤੁਹਾਨੂੰ 2 ਲੱਖ ਰੁਪਇਆ ਜੁਰਮਾਨਾ ਕੀਤਾ ਜਾਂਦਾ ਹੈ। ਇਹ ਦੀਏ ਜਿਹੜੇ ਸਿਪਾਹੀ ਸਨ ਲਾਹੌਰ ਤੋਂ ਜਦੋਂ ਪੱਤਰਿਕਾ ਲੈ ਕੇ ਪਹੁੰਚਦੇ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਦੀਵਾਨ ਵਿੱਚ ਬੈਠੇ ਨੇ। ਬੈਠੇ ਦੀਵਾਨ ਵਿੱਚ ਜਦੋਂ ਲਿਆ ਕੇ ਪੱਤਰਿਕਾ ਭੇਟਾ ਕੀਤੀ, ਸਤਿਗੁਰਾਂ ਗੁਰਸਿੱਖਾਂ ਤੋਂ ਪੜ੍ਹਾਈ ਹੈ ਅਤੇ ਉਸ ਅਹਿਦੀਏ ਦਾ ਸਤਿਗੁਰੂ ਨੇ ਸਨਮਾਨ ਕੀਤਾ, ਤੇਰੀ ਜ਼ਿੰਮੇਵਾਰੀ ਤੇਰੀ ਡਿਊਟੀ ਹੈ, ਤੂੰ ਆਪਣੇ ਉਸ ਲਾਹੌਰ ਨੂੰ ਵਾਪਸ ਚੱਲਿਆ ਜਾ, ਅਸੀਂ ਆਪ ਆ ਕੇ ਲਾਹੌਰ ਵਿੱਚ ਬਾਦਸ਼ਾਹ ਨੂੰ ਮਿਲਾਂਗੇ। ਅੰਤਰਜਾਮੀ ਸਤਿਗੁਰੂ ਪਾਤਸ਼ਾਹ ਨੇ ਨੇਤਰ ਬੰਦ ਕੀਤੇ, ਸਾਰਾ ਉਹ ਸੀਨ ਲਾਹੌਰ ਦਾ ਵੇਖਿਆ ਹੈ। ਹੁਣ ਲਾਹੌਰ ਨੂੰ ਜਾਵਾਂਗੇ, ਮੁੜ ਕਰਕੇ ਇਸੇ 5 ਤੱਤਾਂ ਦੇ ਸਰੀਰ ਵਿੱਚ ਵਾਪਸ ਨਹੀਂ ਆਉਣਾ ਹੈ। ਤੱਤੀ ਤਵੀ ਉਡੀਕਦੀ ਪਈ ਹੈ। ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਕੋਠਾ ਸਾਹਿਬ ਦੇ ਅੰਦਰ ਲੈ ਗਏ।
ਜਿੱਥੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਸਰੂਪ ਅੰਮ੍ਰਿਤ ਵੇਲੇ ਜਾਂਦੇ ਨੇ, ਰਾਤ ਨੂੰ ਸੁੱਖ ਆਸਣ ਜਿੱਥੇ ਕੀਤੇ ਜਾਂਦੇ ਨੇ, ਉਸ ਕੋਠਾ ਸਾਹਿਬ ਦੇ ਅੰਦਰ ਗੁਰੂ ਅਰਜਨ ਸਾਹਿਬ ਬੈਠੇ ਨੇ, ਬਾਬਾ ਬੁੱਢਾ ਸਾਹਿਬ ਬੈਠੇ ਨੇ, ਅਤੇ ਬਾਬਾ ਜੀ ਨੂੰ ਸਤਿਗੁਰਾਂ ਬਚਨ ਕੀਤਾ, ਕਹਿੰਦੇ ਬਾਬਾ ਜੀ ਨਜ਼ਰ ਮਾਰ ਕੇ ਵੇਖੋ ਹਰਗੋਬਿੰਦ ਸਾਹਿਬ ਸਾਡੇ ਸਾਹਿਬਜ਼ਾਦੇ, ਉਹ ਗੁਰਤਾ ਗੱਦੀ ਦਾ ਵਜਨ ਸੰਭਾਲ ਲੈਣਗੇ। ਉਹ ਯੋਗ ਨੇ ਗੁਰਤਾ ਗੱਦੀ ਦੇ, ਕਿਉਂਕਿ 11 ਸਾਲ ਦੀ ਅਵਸਥਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਬਾਬਾ ਬੁੱਢਾ ਸਾਹਿਬ ਜੀ ਨੇ ਪਿਆਰ ਵਿੱਚ ਕਿਹਾ, ਸਤਿਗੁਰੂ ਤੁਹਾਡੀ ਸੰਤਾਨ ਹੋਵੇ, ਤੁਹਾਡੇ ਸਾਹਿਬਜ਼ਾਦੇ ਹੋਣ, ਤੁਸੀਂ ਗੁਰੂ ਨਾਨਕ ਦਾ ਰੂਪ ਹੋਵੋ, ਤੁਹਾਡੇ ਵਿੱਚ ਅਤੇ ਗੁਰੂ ਹਰਗੋਬਿੰਦ ਜੀ ਦੇ ਅੰਦਰ ਮੈਂ ਕੋਈ ਅੰਤਰਾ ਫਰਕ ਨਹੀਂ ਜਾਣਦਾ, ਗੁਰਤਾ ਗੱਦੀ ਦਾ ਵਜਨ ਕਿਵੇਂ ਨਾ ਸਾਹਿਬਜ਼ਾਦੇ ਸੰਭਾਲਣਗੇ। ਆਪਸ ਵਿੱਚ ਬਾਬਾ ਜੀ ਦੇ ਨਾਲ ਜਦੋਂ ਸਾਰੀਆਂ ਵਿਚਾਰਾਂ ਦੀ ਸਾਂਝ ਹੋਈ, ਫਿਰ ਉੱਥੇ ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤੇ ਸਨ, ਕਹਿੰਦੇ ਬਾਬਾ ਜੀ ਵੱਡੇ ਸਤਿਗੁਰਾਂ ਦੀ ਜਿੰਨੀ ਸੰਤਾਨ ਹੈ, ਗੁਰੂ ਨਾਨਕ ਜੀ ਦੇ ਸਾਹਿਬਜ਼ਾਦੇ ਨੇ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਮਹਾਰਾਜ ਜੀ ਦੇ ਜਿੱਥੇ ਜਿੱਥੇ ਪਰਿਵਾਰ ਵੱਸਦੇ ਨੇ, ਉਹਨਾਂ ਨੂੰ ਬਾਅਦ ਵਿੱਚ ਬੁਲਾ ਕਰਕੇ ਸਾਰੀ ਮਰਿਆਦਾ ਗੁਰਤਾ ਗੱਦੀ ਦੇ ਤਿਲਕ ਦੀ ਤੁਸਾਂ ਨੇ ਪੂਰੀ ਕਰਨੀ ਹੈ। ਦੱਸ ਦਿੱਤਾ ਵੀ ਲਾਹੌਰ ਨੂੰ ਜਾਣਾ ਹੈ, ਵਾਪਸ ਸਰੀਰ ਕਰਕੇ ਨਹੀਂ ਆਵਾਂਗੇ। ਉੱਥੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਤਾਕਤ ਦੇ ਉੱਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਿਠਾ ਕਰਕੇ 3 ਪਰਿਕਰਮਾ ਕਰ ਦਿੱਤੀਆਂ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਪਰਿਕਰਮਾ ਕੀਤੀ ਅਤੇ ਆਪਣਾ ਪਾਵਨ ਪਵਿੱਤਰ ਮਸਤਕ ਗੁਰੂ ਹਰਗੋਬਿੰਦ ਸਾਹਿਬ ਨੂੰ ਟੇਕ ਦਿੱਤਾ। 5 ਪੈਸੇ ਅਤੇ ਨਾਲ ਜਿਹੜਾ ਨਾਰੀਅਲ ਸੀ, ਇਹ ਦੋਵੇਂ ਵਸਤੂਆਂ ਝੋੜੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੱਖ ਦਿੱਤੀਆਂ ਗੁਰੂ ਅਰਜਨ ਸਾਹਿਬ ਜੀ ਨੇ ਕਰ ਕਮਲਾਂ ਨਾਲ। ਅਤੇ ਬਾਬਾ ਜੀ ਨੂੰ ਬਚਨ ਕੀਤੇ ਸੀ ਸਤਿਗੁਰੂ ਪਾਤਸ਼ਾਹ, ਕਹਿੰਦੇ ਬਾਬਾ ਜੀ ਸਾਰੀ ਜਿਹੜੀ ਮਰਿਆਦਾ ਹੁਣ ਤੁਸੀਂ ਪੂਰੀ ਕਰ ਦਿਓ। ਧੰਨ ਬਾਬਾ ਬੁੱਢਾ ਸਾਹਿਬ, ਕਹਿਣ ਲੱਗੇ ਸਤਿਗੁਰੂ ਜਿਹੜੀ ਮਰਿਆਦਾ ਗੁਰੂ ਨਾਨਕ ਸਾਹਿਬ ਨੇ ਆਪ ਕਰ ਕਮਲਾਂ ਨਾਲ ਕੀਤੀ, ਉਹ ਤੁਸਾਂ ਨੇ ਕਰ ਦਿੱਤੀ ਹੈ। ਇਹੀ ਮਰਿਆਦਾ ਗੁਰੂ ਅੰਗਦ ਦੇਵ ਸਾਹਿਬ ਨੇ ਬਾਬਾ ਅਮਰਦਾਸ ਸਾਹਿਬ ਜੀ ਵਾਸਤੇ ਕਰਕੇ ਗੁਰੂ ਅਮਰਦਾਸ ਬਣਾਏ। ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਜੀ ਨੇ ਹੱਥਾਂ ਨਾਲ ਇਹੀ ਦੋਵੇਂ ਵਸਤੂਆਂ, 5 ਪੈਸੇ ਅਤੇ ਨਾਰੀਅਲ ਆਪਣੇ ਕਰ ਕਮਲਾਂ ਨਾਲ ਗੁਰੂ ਸਾਹਿਬ ਰੱਖਦੇ ਰਹੇ। ਬਾਬਾ ਜੀ ਕਹਿੰਦੇ ਜਿਹੜਾ ਗੁਰਤਾ ਗੱਦੀ ਦਾ ਤਿਲਕ ਦੇਣਾ, ਉਹ ਸੇਵਾ ਮੈਨੂੰ ਸਤਿਗੁਰੂ ਦਿੰਦੇ ਸਨ। ਉਹ ਗੁਰਤਾ ਗੱਦੀ ਦਾ ਜਿਹੜਾ ਤਿਲਕ ਹੈ, ਜਦੋਂ ਦਸਤਾਰ ਬੰਦੀ ਹੋਵੇਗੀ ਉਸ ਵੇਲੇ ਦਿੱਤਾ ਜਾਵੇਗਾ। ਸਤਿਗੁਰਾਂ ਨੇ ਬਾਬਾ ਜੀ ਨੂੰ ਬੜਾ ਮਾਣ ਸਨਮਾਨ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਤਿਗੁਰਾਂ ਨੇ ਸਾਹਮਣੇ ਬਿਠਾ ਲਿਆ, ਸਾਰੀ ਮਰਿਆਦਾ ਦੱਸਣਾ ਕੀਤੀ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨ ਤੋਂ ਬਾਅਦ ਸਿਮਰਨ ਦੇ ਵਿੱਚ ਜੁੱਟ ਜਾਣਾ, ਆਤਮਕ ਸਰੂਪ ਦਾ ਧਿਆਨ ਰੱਖਣਾ, ਚਿੰਤਨ ਕਰਨਾ, ਸੰਗਤਾਂ ਦੇ ਦੀਵਾਨ ਵਿੱਚ ਆ ਕੇ ਜੁੜਨਾ, ਗੁਰਬਾਣੀ ਦਾ ਕੀਰਤਨ ਸ੍ਰਵਣ ਕਰਨਾ, ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ। ਅਤੇ ਇਹ ਜਦੋਂ ਸਾਰੀ ਮਰਿਆਦਾ ਸਤਿਗੁਰੂ ਪਾਤਸ਼ਾਹ ਦੱਸ ਰਹੇ ਨੇ, ਅਤੇ ਨਾਲ ਜਿਹੜਾ ਆਤਮਕ ਗਿਆਨ ਹੈ ਉਹ ਸਤਿਗੁਰਾਂ ਨੇ ਹਸਤ ਜਿਵੇਂ ਹੱਥ ਦੇ ਉੱਤੇ ਔਲਾ ਰੱਖਿਆ ਹੋਵੇ, ਇਉਂ ਗੁਰੂ ਹਰਗੋਬਿੰਦ ਸਾਹਿਬ ਨੂੰ ਸਖਿਆਤ ਕਰਵਾਇਆ।
ਜਿੰਨੀ ਦੇਰ ਆਤਮਾ ਦਾ ਕਿਸੇ ਨੂੰ ਗਿਆਨ ਨਾ ਹੋਵੇ ਓਨੀ ਦੇਰ ਸਮ ਦ੍ਰਿਸ਼ਟੀ ਨਹੀਂ ਹੁੰਦੀ ਹੈ। ਹੁਣ ਆਪਣਾ ਜਿੰਨਾ ਗਿਆਨ ਸੀ, ਜਿੰਨਾ ਧਿਆਨ ਸੀ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਬਚਨਾਂ ਨਾਲ ਬ੍ਰਹਮ ਗਿਆਨੀ ਬਣਾ ਦਿੱਤਾ, ਅੱਜ ਸਤਿਗੁਰੂ ਆਤਮਾ ਦਾ ਗਿਆਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਿਰਦੇ ਅੰਦਰ ਸਖਿਆਤ ਕਰ ਰਹੇ ਨੇ। ਜਦੋਂ ਹਰ ਪਾਸੇ ਨਜ਼ਰ ਗਈ, ਗੁਰੂ ਹਰਗੋਬਿੰਦ ਸਾਹਿਬ ਇੱਕ ਪਰਮਾਤਮਾ ਦਾ ਰੂਪ ਦੇਖਦੇ ਨੇ। ਐਸੇ ਆਤਮਕ ਮੰਡਲ ਦੇ ਅੰਦਰ ਟਿਕਾ ਕੇ ਫਿਰ ਆਪਣੇ ਮਹਿਲਾ ਮਾਤਾ ਗੰਗਾ ਜੀ ਨੂੰ ਜਾ ਕੇ ਮਿਲੇ ਨੇ। ਪਰਿਵਾਰ ਨੂੰ ਧੀਰਜ ਦਿੱਤੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ, ਸਾਰੀ ਵਿਥਿਆ ਦੱਸ ਦਿੱਤੀ ਵੀ ਲਾਹੌਰ ਵਿੱਚ ਜਾਣਾ ਹੈ, ਅੱਗੇ ਜੋ ਪਰਮਾਤਮਾ ਦੀ ਨੇਤ ਹੈ ਉਹ ਹੋ ਕੇ ਰਹੇਗੀ। ਲਾਹੌਰ ਵਿੱਚ ਸਤਿਗੁਰੂ ਪਾਤਸ਼ਾਹ ਜਾਂਦੇ ਨੇ, ਉੱਥੇ ਭਾਈ ਜਿਹੜਾ ਸੱਧੂ ਸੀ ਉਹਦੇ ਸਿੱਖ ਦੇ ਘਰ ਵਿੱਚ ਗੁਰੂ ਸਾਹਿਬ ਨੇ ਨਿਵਾਸ ਕੀਤਾ। ਉੱਥੋਂ ਜਾ ਕਰਕੇ ਫਿਰ ਰਾਵੀ ਦੇ ਕਿਨਾਰੇ ਚੰਦੂ ਨਾਲ ਮਿਲਾਪ ਹੁੰਦਾ। ਉਹਨੇ ਜਾ ਕੇ ਬਾਦਸ਼ਾਹ ਨੂੰ ਕਿਹਾ, ਜਿਸ ਗੁਰੂ ਅਰਜਨ ਸਾਹਿਬ ਨੂੰ ਜੁਰਮਾਨਾ ਕੀਤਾ, ਜਿਸ ਗੁਰੂ ਅਰਜਨ ਸਾਹਿਬ ਨੂੰ ਆਪਣੇ ਕੋਲ ਬੁਲਾਉਣ ਵਾਸਤੇ ਸੱਦਿਆ ਗਿਆ, ਉਹ ਤਾਂ ਪਾਲਕੀਆਂ ਵਿੱਚ ਰਾਵੀ ਦੇ ਕਿਨਾਰੇ ਘੁੰਮਦੇ ਫਿਰਦੇ ਨੇ। ਫਿਰ ਉੱਥੋਂ ਵਜ਼ੀਰ ਖਾਂ ਜਿਹੜਾ ਸੀ, ਜਿਹਦਾ ਜਲੋਧਰ ਦਾ ਰੋਗ ਟੁੱਟਿਆ ਸੀ, ਬਾਬਾ ਬੁੱਢਾ ਸਾਹਿਬ ਨੇ ਮਿੱਟੀ ਦਾ ਟੋਕਰਾ ਮਾਰਿਆ ਸੀ ਪੇਟ 'ਤੇ, ਪਾਣੀ ਕੱਢ ਦਿੱਤਾ ਪੇਟ ਦਾ। ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਇਹਦੀ ਦਾਰੂ ਸੁਖਮਣੀ ਸਾਹਿਬ ਦੀ ਬਾਣੀ ਹੋਵੇਗੀ। ਜਿੰਨੀ ਦੇਰ ਨਿਤਨੇਮ ਬਣਾ ਕੇ ਇਸ ਬਾਣੀ ਦਾ ਜਾਪ ਕਰਦਾ ਰਹੇਗਾ, ਇਹ ਰੋਗ ਨੇੜੇ ਤੇੜੇ ਵੀ ਨਹੀਂ ਹੋਵੇਗਾ। ਉਹ ਫਿਰ ਵਜ਼ੀਰ ਖਾਂ ਨੂੰ ਬਾਦਸ਼ਾਹ ਨੇ ਸਤਿਗੁਰਾਂ ਨੂੰ ਲੈਣ ਵਾਸਤੇ ਭੇਜਿਆ। ਬੜਾ ਲੰਬਾ ਇਤਿਹਾਸ, ਸਤਿਗੁਰੂ ਪਾਤਸ਼ਾਹ ਬਾਦਸ਼ਾਹ ਦੇ ਦਰਬਾਰ ਵਿੱਚ ਜਾਂਦੇ ਨੇ। ਹੁਣ ਚੰਦੂ ਨੇ ਕੰਨ ਭਰੇ ਸਨ ਪਿਰਥੀ ਚੰਦ ਦੇ ਕਹਿਣ ਕਰਕੇ। ਉਹਨੇ ਕਿਹਾ ਸੀ ਜਿਹੜਾ ਗ੍ਰੰਥ ਸਾਹਿਬ ਗੁਰੂ ਅਰਜਨ ਸਾਹਿਬ ਨੇ ਤਿਆਰ ਕੀਤਾ, ਉਹਦੇ ਅੰਦਰ ਬਾਕੀ ਧਰਮਾਂ ਦਾ ਸਨਮਾਨ ਅਤੇ ਤੁਹਾਡੇ ਧਰਮ ਦੀ ਨਿਰਾਦਰੀ ਕੀਤੀ, ਇਹ ਐਸੀ ਬਾਣੀ ਲਿਖੀ ਉਹਦੇ ਵਿੱਚ। ਬਾਦਸ਼ਾਹ ਨੇ ਸਤਿਗੁਰੂ ਪਾਤਸ਼ਾਹ ਨੂੰ ਸਾਹਮਣੇ ਮਾਨ ਸਨਮਾਨ ਦੇ ਕੇ ਬਿਠਾਇਆ ਅਤੇ ਜਦੋਂ ਪੁੱਛਣਾ ਕੀਤਾ ਕਿ ਦੁਨੀਆਂ ਦੇ ਅੰਦਰ ਜਿਹੜੇ ਧਰਮ ਹਨ, ਇੱਕ ਹਿੰਦੂਆਂ ਦਾ ਧਰਮ ਚੱਲਦਾ, ਇੱਕ ਮੁਸਲਮਾਨਾਂ ਦਾ ਹੈ, ਇਹਨਾਂ ਦੇ ਵਿੱਚ ਲੜਾਈ ਝਗੜਾ ਦੋਨਾਂ ਧਰਮਾਂ ਦੇ ਵਿੱਚ ਹੈ। ਹਿੰਦੂ ਕਹਿੰਦੇ ਅਸੀਂ ਸਨਾਤਨ ਹਾਂ, ਇਸਲਾਮ ਵਾਲੇ ਕਹਿੰਦੇ ਅਸੀਂ ਪੁਰਾਤਨ ਹਾਂ, ਅਤੇ ਉਹ ਕਹਿੰਦੇ ਸਾਨੂੰ ਅੱਲਾ ਦੀ ਪ੍ਰਾਪਤੀ ਹੋਵੇਗੀ, ਹਿੰਦੂ ਕਹਿੰਦੇ ਰਾਮ ਦੀ ਅਸੀਂ ਪ੍ਰਾਪਤੀ ਕਰਾਂਗੇ। ਤੁਹਾਡੀ ਨਜ਼ਰ ਦੇ ਅੰਦਰ ਪਰਮਾਤਮਾ ਦੀ ਪ੍ਰਾਪਤੀ ਕਿਹਨੂੰ ਹੈ? ਅਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਬਿਲਾਵਲ ਰਾਗ ਦਾ ਪਾਵਨ ਸ਼ਬਦ ਉਚਾਰਨ ਕੀਤਾ ਸੀ। ਸਤਿਗੁਰੂ ਪਾਤਸ਼ਾਹ ਕਹਿੰਦੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਇਹ ਸਾਡੀ ਗੁਰੂ ਨਾਨਕ ਸਾਹਿਬ ਦੀ ਬਾਣੀ ਕਹਿੰਦੀ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਸਿੱਖਿਆ ਦਿੰਦੀ। ਜਦੋਂ ਇਹ ਸ਼ਬਦ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦਾ ਬਾਦਸ਼ਾਹ ਨੇ ਸੁਣਿਆ ਤਾਂ ਤਪਦਾ ਹਿਰਦਾ ਠਰ ਗਿਆ। ਮਨ ਵਿੱਚ ਖਿਆਲ ਸੀ ਵੀ ਗੁਰਬਾਣੀ ਅੰਦਰ ਸਾਡੇ ਧਰਮ ਦੀ ਨਿੰਦਿਆ ਕੀਤੀ ਹੈ। ਸਤਿਗੁਰੂ ਪਾਤਸ਼ਾਹ ਦੇ ਚਰਨੀ ਡਿੱਗਿਆ ਅਤੇ ਉੱਥੋਂ ਸਾਧ ਸੰਗਤ ਵਾਪਸ ਲਾਹੌਰ ਤੋਂ ਦਿੱਲੀ ਨੂੰ ਚਲਿਆ ਗਿਆ ਅਤੇ ਚੰਦੂ ਨੇ ਮੌਕਾ ਤਾੜ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਉੱਥੇ ਗ੍ਰਿਫਤਾਰ ਕਰ ਲਿਆ, ਹਵੇਲੀ ਵਿੱਚ ਆਪਣੇ ਘਰ ਵਿੱਚ ਲੈ ਗਿਆ। ਪੰਜ ਗੁਰੂ ਦੇ ਪਿਆਰੇ ਗੁਰਸਿੱਖ ਨਾਲ ਸਤਿਗੁਰਾਂ ਦੇ,
ਸਿੱਖਾਂ ਨੂੰ ਵੀ ਵੱਖੋ ਵੱਖਰੇ ਕਮਰਿਆਂ ਵਿੱਚ ਬੰਦ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। 4 ਦਿਨ ਤਸੀਹੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਝੱਲਦੇ ਰਹੇ। ਤੱਤੀਆਂ ਤਵੀਆਂ 'ਤੇ ਗੁਰੂ ਸਾਹਿਬ ਨੇ ਚੌਂਕੜੇ ਲਾਏ। ਗਰਮ ਰੇਤ ਸੀਸ ਵਿੱਚ ਪਾਈ ਹੈ। ਉਬਲਦੇ ਪਾਣੀ ਦੀਆਂ ਦੇਗਾਂ ਵਿੱਚ ਗੁਰੂ ਅਰਜਨ ਸਾਹਿਬ ਬੈਠੇ ਨੇ ਅਤੇ ਅੰਦਰਲੀ ਅਵਸਥਾ ਵਿੱਚ ਕੋਈ ਫਰਕ ਨਹੀਂ ਹੈ। ਉਬਲਦੀ ਦੇਗ ਵਿੱਚ ਬੈਠਿਆਂ ਐਸਾ ਆਨੰਦ ਅਨੁਭਵ ਹੋ ਰਿਹਾ ਜਿਵੇਂ ਹਰਿਮੰਦਰ ਸਾਹਿਬ ਦੀ ਹਰ ਕੀ ਪੌੜੀ ਵਿੱਚ ਬੈਠੇ ਇਸ਼ਨਾਨ ਕਰਦੇ ਹੋਣ। ਤੱਤੀਆਂ ਤਵੀਆਂ 'ਤੇ ਚੌਂਕੜੇ ਇਸ ਤਰ੍ਹਾਂ ਅਡੋਲ ਲੱਗੇ ਨੇ ਜਿਵੇਂ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਸਾਹਿਬ ਚੌਂਕੜੇ ਵਿੱਚ ਇੱਕ ਰਸ ਬੈਠੇ ਹੋਣ। ਜਦੋਂ ਸਾਧ ਸੰਗਤ ਜੀ ਇਹ ਸਾਰਾ ਫਿਰ ਭਾਣਾ ਵਰਤਦਾ, ਸਤਿਗੁਰੂ ਪਾਤਸ਼ਾਹ ਦੀ ਸ਼ਹਾਦਤ ਦਾ ਸਮਾਂ ਆ ਜਾਂਦਾ, ਰਾਵੀ ਦੇ ਕਿਨਾਰੇ ਜਿਹੜੇ 5 ਸਿੱਖ ਸਨ ਕੋਲੇ ਬੈਠੇ, ਉਹਨਾਂ ਨੇ ਫਿਰ ਜਪਜੀ ਸਾਹਿਬ ਦਾ ਪਾਠ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਮਿਲ ਕੇ ਕੀਤਾ। ਜਦੋਂ 5 ਭੌਤਿਕ ਸਰੀਰ ਸਤਿਗੁਰੂ ਪਾਤਸ਼ਾਹ ਨੇ ਤਿਆਗਣਾ ਹੈ, ਸੱਚਖੰਡ ਜਾਣਾ ਸੀ, ਅਤੇ ਸਾਰੇ ਉੱਥੇ ਫਿਰ ਬਚਨ 5 ਸਿੱਖਾਂ ਨੂੰ ਕਹਿ ਦਿੱਤੇ, ਅੰਮ੍ਰਿਤਸਰ ਚਲੇ ਜਾਇਓ ਵਾਪਸ, ਮਨ ਵਿੱਚ ਕੋਈ ਵੈਰਾਗ ਨਾ ਕਰਿਓ, ਰੋਣਾ ਕਰਲਾਉਣਾ ਨਹੀਂ ਹੈ, ਜਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲ ਲੈਣਾ, ਬਾਬਾ ਜੀ ਨੂੰ ਸਾਡੇ ਬਚਨ ਸੁਣਾ ਦੇਣੇ ਵੀ ਬਾਬਾ ਜੀ ਤੁਸੀਂ ਆਪਣੇ ਕਰ ਕਮਲਾਂ ਦੇ ਨਾਲ ਗੁਰਤਾ ਗੱਦੀ ਦਾ ਤਿਲਕ ਗੁਰੂ ਹਰਗੋਬਿੰਦ ਸਾਹਿਬ ਦੇ ਮੱਥੇ 'ਤੇ ਦੇ ਕਰਕੇ ਦਸਤਾਰਬੰਦੀ ਦੀ ਸਮੁੱਚੀ ਮਰਯਾਦਾ ਆਪ ਤੁਸੀਂ ਸੰਪੂਰਨ ਕਰਵਾਉਣੀ ਹੈ। ਸਾਡੇ ਵੱਲੋਂ ਹਰਗੋਬਿੰਦ ਸਾਹਿਬ ਨੂੰ ਇਹ ਬਚਨ ਕਹਿਣੇ ਕਿ ਜਿਵੇਂ ਵੱਡੇ ਸਤਿਗੁਰੂ ਪਾਤਸ਼ਾਹ ਦੀ ਦਸਤਾਰ ਦੇ ਵਕਤ ਇੱਕ ਸੇਲੀ ਅਤੇ ਇੱਕ ਮਾਲਾ ਸੰਗਤਾਂ ਲਿਆਉਂਦੀਆਂ ਸਨ, ਉਹ ਗੁਰੂ ਸਾਹਿਬ ਦੇ ਗਲ ਵਿੱਚ ਅਤੇ ਸੀਸ 'ਤੇ ਰੱਖੀਆਂ ਜਾਂਦੀਆਂ ਸੀ। ਹੁਣ ਸੇਲੀ ਅਤੇ ਮਾਲਾ ਦਾ ਜਿਹੜਾ ਵਕਤ ਨਹੀਂ ਰਿਹਾ, ਤੁਸੀਂ ਆਪਣੇ ਗਾਤਰੇ ਦੇ ਅੰਦਰ ਸ੍ਰੀ ਸਾਹਿਬਾਂ ਪਾਉਣੀਆਂ ਨੇ, ਤਖ਼ਤ ਦੀ ਰਚਨਾ ਕਰਨੀ ਹੈ, ਘੋੜੇ ਰੱਖਣੇ ਨੇ, ਫੌਜ ਤਿਆਰ ਕਰਨੀ ਹੈ, ਕਿਉਂਕਿ ਜਿਹੜਾ ਜ਼ੁਲਮ ਹੱਦਾਂ ਟੱਪ ਚੁੱਕਿਆ ਹੈ। 5 ਸਰੂਪ ਮਾਲਾ ਫੇਰਦੇ ਰਹੇ ਅਤੇ ਜਰਵਾਣਿਆਂ ਨੇ ਤੱਤੀਆਂ ਤਵੀਆਂ ਦੇ ਉੱਤੇ ਬਿਠਾ ਦਿੱਤਾ ਸਰੀਰ ਕਰਕੇ, ਅਤੇ ਇਹਨਾਂ ਦਾ ਜਿਹੜਾ ਟਾਕਰਾ ਹੁਣ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਨੇ ਕਿਹਾ ਹਰਗੋਬਿੰਦ ਸਾਹਿਬ ਨੂੰ ਕਹਿਣਾ, ਮੈਦਾਨੇ ਜੰਗ ਵਿੱਚ ਜਾ ਕਰਕੇ ਇਹਨਾਂ ਦੇ ਪਾਸੋਂ ਜਿਹੜਾ ਜ਼ੁਲਮ ਦਾ ਨਾਸ਼ ਕਰਨ ਵਾਸਤੇ ਮੈਦਾਨੇ ਜੰਗ ਵਿੱਚ ਉਤਰਨਾ ਪਵੇਗਾ, ਫੌਜਾਂ ਤਿਆਰ ਕਰਨੀਆਂ ਪੈਣਗੀਆਂ। 5 ਸਿੱਖ ਸਤਿਗੁਰੂ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਯਾਦ ਕਰਦੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੋਤੀ ਜੋਤ ਸਮਾ ਕੇ ਸਤਿਗੁਰਾਂ ਦੀ ਸ਼ਹਾਦਤ ਹੋ ਚੁੱਕੀ, ਸੱਚਖੰਡ ਚਲੇ ਗਏ, ਤਾਂ ਉੱਥੋਂ ਅੰਮ੍ਰਿਤਸਰ ਆਉਂਦੇ ਨੇ, ਆ ਕੇ ਕੋਠਾ ਸਾਹਿਬ ਅਸਥਾਨ 'ਤੇ, ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਅਕਾਲ ਬੁੰਗੇ ਦੀ ਰਚਨਾ ਗੁਰੂ ਹਰਗੋਬਿੰਦ ਸਾਹਿਬ ਨੇ ਬਾਅਦ ਵਿੱਚ ਕਰਵਾਈ। ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਗੁਰੂ ਅਰਜਨ ਸਾਹਿਬ ਜੀ ਨੇ ਕਰਵਾਇਆ, ਅਤੇ ਇਸ ਅਸਥਾਨ ਨੂੰ ਜਿਹਨੂੰ ਕੋਠਾ ਸਾਹਿਬ ਕਹਿੰਦੇ ਨੇ, ਇਹਦਾ ਨਾਮ ਕੋਠਾ ਸਾਹਿਬ ਕਿਉਂ ਪਿਆ? ਜਿੰਨੀ ਮ੍ਰਿਤਕਾ ਸਰੋਵਰ ਦੇ ਵਿੱਚੋਂ ਕੱਢੀ ਜਾਂਦੀ ਸੀ, ਇਸ ਸਥਾਨ ਦੇ ਉੱਤੇ ਲਿਆ ਕਰਕੇ ਉਹ ਇਕੱਠੀ ਕਰਕੇ ਰੱਖੀ ਗਈ ਸੀ। ਉੱਚੀ ਜਗ੍ਹਾ ਹੋਣ ਕਰਕੇ ਫਿਰ ਰਾਤ ਨੂੰ ਸੁੱਖ ਆਸਣ ਗੁਰੂ ਸਾਹਿਬ ਦਾ ਕਰਨਾ ਸੀ। ਜਿਹੜਾ ਕੋਠਾ ਇੱਥੇ ਤਿਆਰ ਸੀ, ਇਹ ਸਤਿਗੁਰਾਂ ਨੇ ਜਗ੍ਹਾ ਚੁਣੀ ਸੀ ਕਿ ਇੱਥੇ ਗੁਰਬਾਣੀ ਜੀ ਦਾ ਸੁੱਖ ਆਸਣ ਹੋਇਆ ਕਰੇਗਾ, ਤਾਂ ਇਸ ਲਈ ਇਹਨੂੰ ਉੱਚੀ ਜਗ੍ਹਾ 'ਤੇ ਹੋਣ ਕਰਕੇ ਕੋਠਾ ਸਾਹਿਬ ਨਾਮ ਦਿੱਤਾ ਗਿਆ।
ਇੱਥੇ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੰਜਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਰੋ ਰੋ ਕੇ ਵਿਥਿਆ ਗੁਰੂ ਅਰਜਨ ਸਾਹਿਬ ਜੀ ਦੀ ਸੁਣਾਈ। ਸਤਿਗੁਰਾਂ ਨੇ ਇਸ ਤਰ੍ਹਾਂ ਤਸੀਹੇ ਝੱਲੇ ਆਪਣੇ ਤਨ ਦੇ ਉੱਪਰ। ਬਾਬਾ ਬੁੱਢਾ ਸਾਹਿਬ ਜੀ, ਸਤਿਗੁਰਾਂ ਨੇ ਆਹ ਬਚਨ ਕੀਤੇ ਨੇ। ਗੁਰੂ ਸਾਹਿਬ ਨੇ ਕਿਹਾ ਹਰਗੋਬਿੰਦ ਸਾਹਿਬ ਨੂੰ ਸ੍ਰੀ ਸਾਹਿਬਾਂ ਗਾਤਰੇ ਦੇ ਅੰਦਰ ਪਾਈਆਂ ਜਾਣ, ਉਹਨਾਂ ਨੂੰ ਤਖ਼ਤ 'ਤੇ ਬਿਠਾਇਆ ਜਾਵੇ, ਘੋੜੇ ਇਕੱਠੇ ਕਰਨ, ਸੈਨਾ ਤਿਆਰ ਕਰਨ ਅਤੇ ਜਬਰ ਅਤੇ ਜ਼ੁਲਮ ਦੇ ਨਾਲ ਟਾਕਰਾ ਕਰਨ। ਇਹ ਬਚਨ ਜਦੋਂ ਪੰਜਾਂ ਸਿੱਖਾਂ ਨੇ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੁਣਾਏ ਨੇ ਅਤੇ ਬਾਬਾ ਜੀ ਨੇ ਉਸ ਵੇਲੇ ਗੁਰੂ ਕੇ ਮਹਿਲਾਂ ਨੂੰ ਆਪਣੇ ਕੋਲ ਮਾਤਾ ਗੰਗਾ ਜੀ ਨੂੰ ਬੁਲਾਇਆ, ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਨੂੰ ਕੋਲ ਸੱਦਿਆ ਅਤੇ ਮਾਤਾ ਗੰਗਾ ਜੀ ਬੜਾ ਵੈਰਾਗ ਕਰਦੇ ਸਨ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਾਤਾ ਜੀ ਨੂੰ ਸਿੱਖਿਆ ਦਿੱਤੀ ਸੀ ਕਿ ਮਾਤਾ ਜੀ, ਇਹ ਸੰਸਾਰ ਦੀ ਦਸ਼ਾ ਹੈ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਅੱਜ ਕੇ ਕਾਲ ਸਰੀਰ ਕਰਕੇ ਕੋਈ ਰਿਸ਼ੀ ਮੁਨੀ ਅਵਤਾਰ ਪੀਰ ਪੈਗੰਬਰ ਔਲੀਆ ਕੋਈ ਵੀ ਆਇਆ ਸਰੀਰ ਕਰਕੇ ਸਦਾ ਲਈ ਨਹੀਂ ਰਿਹਾ ਹੈ। ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ ਹਰ ਕਿਸੇ ਨੇ ਤੁਰ ਜਾਣਾ ਹੈ। ਗੁਰੂ ਅਰਜਨ ਦੇਵ ਸਾਹਿਬ ਪਿਤਾ ਪਰਮੇਸ਼ਰ ਪਰਮਾਤਮਾ ਹਰ ਦਾ ਰੂਪ ਹਨ, ਉਹ ਤਾਂ ਸੱਚਖੰਡ ਚਲੇ ਗਏ ਨੇ। ਉਹਨਾਂ ਵਾਸਤੇ ਵੈਰਾਗ ਨਹੀਂ ਕਰਨਾ ਗੁਰੂ ਸਾਹਿਬ ਦੇ ਲਈ। ਮਾਤਾ ਜੀ ਨੂੰ ਬਾਬਾ ਜੀ ਨੇ ਧੀਰਜ ਦਿੱਤਾ, ਗੁਰੂ ਹਰਗੋਬਿੰਦ ਸਾਹਿਬ ਨੇ ਹੌਸਲੇ ਦਿੱਤੇ ਨੇ। ਫਿਰ ਉੱਥੇ ਜਿਹੜੀ ਮਰਯਾਦਾ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਠਾਉਣ ਦੀ ਦਸਤਾਰ ਬੰਦੀਆਂ ਜਿਹੜੀਆਂ ਸੀ ਸਾਧ ਸੰਗਤ ਜੀ, ਉਸ ਵਾਸਤੇ ਸੁਨੇਹੇ ਦੇ ਦਿੱਤੇ ਗਏ। ਸਹਿਜ ਪਾਠ ਆਰੰਭ ਕੀਤਾ ਗਿਆ, ਜਿਸ ਦੀ ਸੰਪੂਰਨਤਾ ਸਮੁੱਚਾ ਪਾਠ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਪਾਵਨ ਰਸਨਾ ਤੋਂ ਕੀਤਾ। ਜਿਸ ਵੇਲੇ ਭੋਗ ਪਿਆ ਪਾਵਨ ਗੁਰਬਾਣੀ ਦਾ, ਉਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭਰੀ ਹੋਈ ਸੰਗਤ ਸਭਾ ਦੇ ਅੰਦਰ ਦੀਵਾਨ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਨਾਲ ਸੰਗਤਾਂ ਵੱਡੇ ਗੁਰੂ ਦੇ ਪਰਿਵਾਰਾਂ ਨਾਲ ਮਿਲ ਕੇ ਦਸਤਾਰ ਸੀਸ 'ਤੇ ਸਜਾਈ ਅਤੇ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਸਤਕ 'ਤੇ ਕੱਢਿਆ। ਜਦੋਂ ਤਖ਼ਤ ਦੇ ਉੱਪਰ ਬੈਠੇ ਨੇ ਤਾਂ ਗੁਰੂ ਅਰਜਨ ਸਾਹਿਬ ਦੇ ਜਿਹੜੇ ਬਚਨ ਸਨ ਕਿ ਸੇਲੀ ਅਤੇ ਮਾਲਾ ਜਿਹੜੀਆਂ ਨੇ ਇਹਨਾਂ ਦੀ ਜਗ੍ਹਾ 'ਤੇ ਸ੍ਰੀ ਸਾਹਿਬਾਂ ਸਾਹਿਬਜ਼ਾਦੇ ਧਾਰਨ ਕਰਨਗੇ। ਕਈ ਵਾਰੀ ਪ੍ਰਚਾਰਕ ਵੀਰ ਇਹ ਸੁਣਾ ਦਿੰਦੇ ਵੀ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਸ੍ਰੀ ਸਾਹਿਬਾਂ ਧਾਰਨ ਕੀਤੀਆਂ, ਉਹਨਾਂ ਨੇ ਪਹਿਲਾਂ ਸੱਜੇ ਪਾਸੇ ਨੂੰ ਸ੍ਰੀ ਸਾਹਿਬ ਪਾ ਲਈ, ਫਿਰ ਕਹਿਣ ਲੱਗੇ ਵੀ ਨਰਾਦਰ ਨਾ ਹੋਵੇ ਕਿਉਂ ਲਾਉਣੀ ਹੈ ਅਤੇ ਖੱਬੇ ਪਾਸੇ ਪਾ ਲਈ। ਨਹੀਂ ਭਾਈ, ਧੰਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਾਸਤਰ ਅਤੇ ਸ਼ਾਸਤਰ ਦੋ ਤਰ੍ਹਾਂ ਦੀ ਵਿੱਦਿਆ ਦਿੱਤੀ ਸੀ ਅਤੇ ਜਦੋਂ ਉਹ ਸ੍ਰੀ ਸਾਹਿਬਾਂ ਪਾਉਣ ਦਾ ਵਕਤ ਆਇਆ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਦੋਵੇਂ ਸ੍ਰੀ ਸਾਹਿਬਾਂ ਗਾਤਰੇ ਵਿੱਚ ਪਾਈਆਂ। ਇੱਕ ਮੀਰੀ ਦੀ ਅਤੇ ਦੂਸਰੀ ਪੀਰੀ ਦੀ ਹੈ। ਮੀਰੀ ਦਾ ਅਰਥ ਹੁੰਦਾ ਬਾਦਸ਼ਾਹ ਅਤੇ ਬਾਦਸ਼ਾਹਾਂ ਦੀ ਬਾਦਸ਼ਾਹੀ ਖੱਬੇ ਪਾਸੇ ਰੱਖੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਤੇ ਪੀਰੀ ਜਿਹੜੀ ਭਗਤੀ ਹੈ ਉਹ ਸੱਜੇ ਪਾਸੇ ਨੂੰ ਰੱਖੀ ਹੈ। ਅੱਜ ਕਿਸੇ ਸਥਾਨ 'ਤੇ ਜਾਇਓ ਗੁਰੂ ਹਰਗੋਬਿੰਦ ਸਾਹਿਬ ਜੀ ਦੇ
ਦੋ ਨਿਸ਼ਾਨ ਸਾਹਿਬ ਸਾਨੂੰ ਉੱਥੇ ਝੁਲਦੇ ਨਜ਼ਰ ਪੈਂਦੇ ਨੇ। ਦੂਰ ਜਾ ਕੇ ਦੇਖਿਓ ਨਜ਼ਰ ਮਾਰ ਕੇ, ਇੱਕ ਨਿਸ਼ਾਨ ਸਾਹਿਬ ਥੋੜ੍ਹਾ ਨੀਵਾਂ ਹੋਵੇਗਾ, ਇੱਕ ਉੱਚਾ ਹੋਵੇਗਾ। ਜਿਹੜਾ ਮੀਰੀ ਦਾ ਬਾਦਸ਼ਾਹੀ ਦਾ ਨੀਵਾਂ ਰੱਖਿਆ ਅਤੇ ਪੀਰੀ ਭਗਤੀ ਦਾ ਨਿਸ਼ਾਨ ਸਾਹਿਬ ਉੱਚਾ ਹੈ। ਦੋਵੇਂ ਜਦੋਂ ਇਹ ਮੀਰੀ ਅਤੇ ਪੀਰੀ ਦੀਆਂ ਸ੍ਰੀ ਸਾਹਿਬਾਂ ਧਾਰਨ ਕੀਤੀਆਂ ਨੇ ਬਾਬਾ ਜੀ ਨੇ, ਉਸ ਤੋਂ ਬਾਅਦ ਗੁਰਤਾ ਗੱਦੀ ਦੇ ਤਖ਼ਤ 'ਤੇ ਸਤਿਗੁਰੂ ਬੈਠੇ ਨੇ। ਤਖ਼ਤ ਦੇ ਉੱਪਰ ਬੈਠ ਕਰਕੇ ਐਲਾਨ ਕੀਤਾ ਗਿਆ। ਇਹ ਤਖ਼ਤ ਦੀ ਰਚਨਾ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਕੀਤੀ। ਤਿੰਨ ਜਿਹੜੇ ਸਰੀਰ ਲੱਗੇ ਸਨ ਸੇਵਾ ਦੇ ਵਿੱਚ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਰ ਕਮਲ ਲੱਗੇ ਨੇ ਅਤੇ ਨਾਲ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਕਰ ਕਮਲ ਲੱਗੇ ਇਸ ਦੀ ਨੀਂਹ ਦੇ ਵਿੱਚ, ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਹੱਥ ਲੱਗੇ ਨੇ। ਤਿੰਨਾਂ ਕਰ ਕਮਲਾਂ ਦੇ ਨਾਲ ਜਦੋਂ ਇਹ ਤਖ਼ਤ ਦੀ ਰਚਨਾ ਹੋਈ, ਸਤਿਗੁਰੂ ਤਖ਼ਤ 'ਤੇ ਬੈਠੇ ਨੇ ਅਤੇ ਜਿਸ ਨੂੰ ਵੇਖ ਕਰਕੇ ਦਿੱਲੀ ਦਾ ਤਖ਼ਤ ਵੀ ਨੀਵਾਂ ਲੱਗ ਰਿਹਾ। ਉੱਥੇ ਫਿਰ ਸਤਿਗੁਰਾਂ ਪਹਿਲੇ ਦਿਨ ਹੀ ਐਲਾਨ ਕੀਤਾ ਸੀ, ਕੀ ਬਚਨ ਕੀਤੇ ਸੰਗਤਾਂ ਦੇ ਅੰਦਰ, ਕਿ ਅੱਜ ਗੁਰੂ ਨਾਨਕ ਸਾਹਿਬ ਦੇ ਦਰ ਵਿੱਚ ਜਿੰਨੀਆਂ ਸੰਗਤਾਂ ਪਹੁੰਚੀਆਂ ਹੋ, ਜੇ ਖੁਸ਼ੀਆਂ ਲੈਣੀਆਂ ਗੁਰੂ ਨਾਨਕ ਸਾਹਿਬ ਦੀਆਂ ਤਾਂ ਆਪਣੀਆਂ ਜਵਾਨੀਆਂ ਭੇਟਾ ਕੀਤੀਆਂ ਜਾਣ। ਨੌਜਵਾਨਾਂ ਨੇ ਪ੍ਰਣ ਕੀਤੇ, ਗੁਰੂ ਸਾਹਿਬ ਦੀ ਰਸਨਾ ਤੋਂ ਜਿਹੜੇ ਬਚਨ ਨਿਕਲੇ ਸਨ, ਗੁਰੂ ਦੇ ਬਚਨਾਂ ਨੂੰ ਕੌਣ ਮੇਟ ਸਕਦਾ। ਜਿੰਨੇ ਨੌਜਵਾਨ ਜਿੰਨੀਆਂ ਸੰਗਤਾਂ ਆਈਆਂ ਸਾਰੀਆਂ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਹੋ ਗਈਆਂ। ਦੂਜਾ ਬਚਨ ਸਤਿਗੁਰੂ ਪਾਤਸ਼ਾਹ ਨੇ ਕੀਤਾ, ਜੇ ਇਸ ਤੋਂ ਵੀ ਜ਼ਿਆਦਾ ਖੁਸ਼ੀਆਂ ਲੈਣੀਆਂ ਨੇ ਤਾਂ ਚੰਗੇ ਚੰਗੇ ਸ਼ਾਸਤਰ ਜਿਹੜੇ ਨੇ ਲਿਆ ਕਰਕੇ ਗੁਰੂ ਨਾਨਕ ਦੇ ਦਰ ਵਿੱਚ ਭੇਟਾ ਕੀਤੇ ਜਾਣ। ਕਿਸੇ ਨੇ ਬੰਦੂਕਾਂ, ਕਿਸੇ ਨੇ ਪਸਤੌਲ, ਖੰਡੇ, ਨੇਜੇ, ਢਾਲਾਂ, ਇਹ ਸ਼ਾਸਤਰ ਸਤਿਗੁਰੂ ਪਾਤਸ਼ਾਹ ਨੂੰ ਲਿਆ ਕਰਕੇ ਭੇਟਾ ਕਰਨੇ ਸ਼ੁਰੂ ਕਰ ਦਿੱਤੇ। ਗੁਰੂ ਨਾਨਕ ਦੇ ਦਰ ਦੀਆਂ ਖੁਸ਼ੀਆਂ ਲੈਣ ਵਾਸਤੇ ਚੰਗੀ ਨਸਲ ਦੇ ਜਿਹੜੇ ਘੋੜੇ ਲਿਆ ਕੇ ਭੇਟਾ ਕੀਤੇ ਜਾਣ। ਸਤਿਗੁਰੂ ਪਾਤਸ਼ਾਹ ਦੇ ਤਵੇਲਿਆਂ ਵਿੱਚ ਇੰਨੇ ਘੋੜੇ ਹੋਏ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਸੀ। ਅਤੇ ਜਦੋਂ ਸਤਿਗੁਰੂ ਪਾਤਸ਼ਾਹ ਨੇ ਐਸੀ ਫੌਜ ਤਿਆਰ ਕਰ ਲਈ ਤਾਂ ਉਸ ਵੇਲੇ ਫਿਰ ਐਲਾਨ ਕੀਤਾ ਸੀ ਕਿ ਜਿਹੜਾ ਚੰਦੂ ਦੁਸ਼ਟ ਪਾਪੀ ਹੈ, ਜਿਹਨੇ ਆਪਣੀ ਹਵੇਲੀ ਅੰਦਰ ਗੁਰੂ ਅਰਜਨ ਦੇਵ ਸਾਹਿਬ ਨੂੰ ਕੈਦੀ ਬਣਾ ਕੇ ਬੰਦ ਕਰਕੇ ਤਸੀਹੇ ਦੇ ਕੇ ਸ਼ਹੀਦ ਕੀਤਾ, ਅਤੇ ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ ਜਿਹੜਾ ਬਦਲਾ ਇਹਦੇ ਕੋਲੋਂ ਗਿਣ ਕੇ ਲਿਆ ਜਾਵੇਗਾ, ਕੀਤੀ ਦਾ ਫਲ ਦੁਸ਼ਟ ਨੂੰ ਭੁਗਤਾਇਆ ਜਾਵੇਗਾ, ਤਾਂ ਕਿ ਅੱਗੇ ਵਾਸਤੇ ਪਤਾ ਲੱਗ ਜਾਵੇ ਕਿ ਗੁਰੂ ਦੇ ਨਾਲ ਕਿਵੇਂ ਮੱਥਾ ਲਈਦਾ ਹੈ। ਸਤਿਗੁਰੂ ਨੇ ਐਲਾਨ ਕੀਤਾ ਅਤੇ ਬਹੁਤ ਲੰਬਾ ਇਤਿਹਾਸ ਗਵਾਲੀਅਰ ਦੇ ਕਿਲ੍ਹੇ ਵਿੱਚ ਸਤਿਗੁਰੂ ਉਹ ਬਹਾਨਾ ਬਣਾ ਕੇ ਜਾਂਦੇ ਨੇ, 40 ਦਿਨ ਵਾਸਤੇ ਗਏ ਨੇ ਅਤੇ ਉਸ ਤੋਂ ਬਾਅਦ ਸਤਿਗੁਰੂ ਦਿੱਲੀ ਪਹੁੰਚਦੇ ਨੇ। ਜਹਾਂਗੀਰ ਆਪ ਸਤਿਗੁਰਾਂ ਨੂੰ ਜਾ ਕੇ ਲੈ ਕੇ ਆਉਂਦਾ ਹੈ, ਦਰੋਗਾ ਨਾਲ ਆਉਂਦਾ ਗਵਾਲੀਅਰ ਦਾ। ਦਿੱਲੀ ਦੇ ਕਿਲ੍ਹੇ ਵਿੱਚ ਜਦੋਂ ਸਤਿਗੁਰੂ ਪਹੁੰਚੇ ਨੇ, ਬੜਾ ਸਵਾਗਤ ਕੀਤਾ ਗਿਆ। ਉੱਥੇ ਫਿਰ ਕਿਹਾ ਸੀ ਜਹਾਂਗੀਰ ਨੇ, 86 ਬੰਦਿਆਂ ਦੀਆਂ 86 ਰਹਿਆਂ ਗੱਲਾਂ ਹੁੰਦੀਆਂ, ਜਹਾਂਗੀਰ ਦੇ ਹੁਕਮ ਤੋਂ ਬਿਨਾਂ ਚੰਦੂ ਤਸੀਹੇ ਵੀ ਨਹੀਂ ਦੇ ਸਕਦਾ ਸੀ, ਸ਼ਹੀਦ ਵੀ ਨਹੀਂ ਕਰ ਸਕਦਾ ਸੀ। ਇਹਨੇ ਜਾਣਾ ਸੀ ਕਸ਼ਮੀਰ ਵੱਲ ਅਤੇ ਵਾਪਸ ਦਿੱਲੀ ਨੂੰ ਕਿਉਂ ਮੁੜ ਗਿਆ? ਬਹੁਤ ਤਰ੍ਹਾਂ ਦੇ ਸਵਾਲ ਉੱਠੇ ਨੇ ਅਤੇ ਸਾਧ ਸੰਗਤ ਉਸ ਵੇਲੇ ਆਪਣੇ ਗਲ ਦੇ ਵਿੱਚੋਂ ਲਾਹ ਕਰਕੇ ਨੇ ਕਿਹਾ,
ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਮੇਰੇ ਦਰਬਾਰ ਵਿੱਚ ਪਹੁੰਚੇ, ਮੈਂ ਕੀ ਸੇਵਾ ਕਰਾਂ? ਸਤਿਗੁਰੂ ਕਹਿੰਦੇ, ਪਿਤਾ ਦਾ ਜਿਹੜਾ ਐਸਾ ਦੁਸ਼ਟ ਬੰਦਾ ਜਿਹਨੇ ਸਤਿਗੁਰੂ ਅਰਜਨ ਦੇਵ ਸਾਹਿਬ ਨੂੰ ਤਸੀਹੇ ਦਿੱਤੇ ਨੇ, ਉਸ ਪਾਪੀ ਬੰਦੇ ਨੂੰ ਸਾਡੇ ਹਵਾਲੇ ਕੀਤਾ ਜਾਵੇ। ਸਾਧ ਸੰਗਤ ਜੀ, ਉੱਥੇ ਚੰਦੂ ਵੱਲ ਇਸ਼ਾਰਾ ਕਰਕੇ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਉਹਨੂੰ ਹਵਾਲੇ ਕਰ ਦਿੱਤਾ। ਪੰਜੇ ਗੁਰੂ ਦੇ ਪਿਆਰੇ ਸਿੱਖਾਂ ਵਿੱਚੋਂ ਧੰਨ ਬਾਬਾ ਬਿਧੀ ਚੰਦ ਸਾਹਿਬ, ਇਹ ਉਸ ਵੇਲੇ ਨਾਲ ਸਨ ਜਦੋਂ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਰਾਵੀ ਦੇ ਕਿਨਾਰੇ। ਸਾਰੇ ਤਸੀਹੇ ਦੇਖੇ ਸਨ ਨੇਤਰਾਂ ਦੇ ਨਾਲ, ਅਤੇ ਉਸ ਵੇਲੇ ਬਾਬਾ ਬਿਧੀ ਚੰਦ ਜੀ ਨੇ ਇਹਦੇ ਥੱਪੜ ਮਾਰ ਕੇ ਦੀ ਪੱਗ ਲਾਹ ਦਿੱਤੀ ਸਭਾ ਦੇ ਵਿੱਚ, ਉੱਥੇ ਮੁਸ਼ਕਾਂ ਇਹਦੀਆਂ ਬੰਨ ਲਈਆਂ ਸਨ। ਮਗਰ ਹੱਥ ਨੂੜ ਕਰਕੇ ਬੰਨ ਲਏ, ਛਿੱਤਰ ਪੌਲਾ ਹੋਣਾ ਸ਼ੁਰੂ ਹੋ ਗਿਆ। ਦਿੱਲੀ ਦੀਆਂ ਗਲੀਆਂ ਗਲੀਆਂ ਵਿੱਚ ਚੰਦੂ ਨੂੰ ਘੁਮਾਇਆ ਗਿਆ। ਬੱਚੇ ਮਗਰ ਜਾਂਦੇ, ਕਲਕਾਰੀਆਂ ਮਾਰਦੇ, ਕੋਈ ਮਿੱਟੀ ਦੀਆਂ ਬੁੱਕਾਂ ਪਾਉਂਦਾ ਹੈ, ਕੋਈ ਸਵਾਹ ਦੇ ਬੁੱਕ ਭਰ ਕੇ ਇਹਦੇ ਉੱਤੇ ਸੁੱਟਦਾ। ਸਿਰ ਦੇ ਜਿਹੜੇ ਵਾਲ ਕੇਸ ਸਨ ਸਾਰੇ ਇਹਦੇ ਉਖੜ ਗਏ, ਸਰੀਰ ਦੇ ਉੱਤੇ ਜ਼ਖਮ ਹੋ ਗਏ। ਇਹਨੂੰ ਘੋੜਿਆਂ ਦਾ ਪਿਸ਼ਾਬ ਪੀਣ ਵਾਸਤੇ ਫਿਰ ਦਿੱਤਾ ਜਾਂਦਾ ਸੀ। ਖਾਲਸੇ ਨੇ ਕੀਤੀ ਦਾ ਫਲ ਬੜੀ ਬੁਰੀ ਤਰ੍ਹਾਂ ਨਾਲ ਭੁਗਤਾਇਆ, ਕਦੇ ਵੀ ਜਿਹਨੇ ਖਾਲਸੇ ਨਾਲ ਟੱਕਰ ਲਈ ਹੈ। ਫਿਰ ਇਹਨੂੰ ਘੋੜਿਆਂ ਦੇ ਕਿੱਲਿਆਂ 'ਤੇ ਬੰਨਿਆ ਜਾਂਦਾ, ਕਿਰਮ ਕੀੜੇ ਪੈ ਗਏ ਦੇ ਸਿਰ ਵਿੱਚ, ਜਿਵੇਂ ਕੂਕਰ ਸਿਰ ਹਿਲਾਉਂਦੇ ਅਤੇ ਕੀੜੇ ਡਿੱਗਦੇ ਨੇ ਜ਼ਖਮਾਂ 'ਚੋਂ। ਜਿੱਥੇ ਬੈਠਦਾ ਬਦਬੋ ਮਾਰਦੀ, ਕੀੜੇ ਡਿੱਗਦੇ ਨੇ। ਸਤਿਗੁਰੂ ਕਹਿੰਦੇ, ਬਿਧੀ ਚੰਦ ਸਾਹਿਬ, ਹਾਲੇ ਦਾ ਅੰਤਲਾ ਸਮਾਂ ਨਹੀਂ। ਦੇਸ਼, ਕਾਲ ਅਤੇ ਵਸਤੂ ਤਿੰਨ ਚੀਜ਼ਾਂ ਦਿੱਲੀ ਵਿੱਚ ਨਹੀਂ ਇਹਦੀਆਂ ਇਕੱਠੀਆਂ ਹੋਣੀਆਂ, ਹਾਲੇ ਬਹੁਤ ਲੰਬਾ ਸਮਾਂ ਹੈ। ਫਿਰ ਇਹਨੂੰ ਪਾਣੀ ਪਿਲਾ ਕੇ, ਦੁੱਧ ਪਿਲਾ ਕੇ ਹੋਸ਼ ਵਿੱਚ ਲਿਆਂਦਾ ਜਾਂਦਾ। ਜਦੋਂ ਸੁਰਤ ਵਿੱਚ ਆ ਜਾਂਦਾ ਤਾਂ ਫਿਰ ਸਿੱਖ ਇਹਨੂੰ ਪਕੜ ਕੇ ਲੈ ਜਾਂਦੇ ਨੇ। ਦਿੱਲੀ ਦੀ ਗਲੀ ਗਲੀ ਵਿੱਚ ਜਲੂਸ ਕੱਢ ਕੇ ਸਤਿਗੁਰੂ ਅੰਮ੍ਰਿਤਸਰ ਦੀ ਧਰਤੀ ਵਿੱਚ ਲਿਆਉਂਦੇ ਨੇ। ਇਸ ਗੁਰੂ ਕੀ ਨਗਰੀ ਵਿੱਚ ਫਿਰ ਇਹਨੂੰ ਘੁਮਾਇਆ ਗਿਆ। ਸੰਗਤਾਂ ਮਗਰ ਜਾਂਦੀਆਂ ਨੇ, ਜਲੂਸ ਦੇਖਦੀਆਂ ਚੰਦੂ ਦਾ। ਸਾਧ ਸੰਗਤ ਇੱਥੋਂ ਫਿਰ ਸਤਿਗੁਰੂ ਲਾਹੌਰ ਲੈ ਜਾਂਦੇ ਨੇ। ਜਿਹੜੀ ਤੱਤੀ ਤਵੀ ਦੇ ਉੱਤੇ ਗੁਰੂ ਅਰਜਨ ਦੇਵ ਸਾਹਿਬ ਬੈਠੇ ਸਨ, ਉਹ ਤੱਤੀ ਤਵੀ ਦੇ ਵਾਸਤੇ ਜਿਹੜਾ ਰੇਤਾ ਭੱਠ ਵਿੱਚੋਂ ਮੰਗਾਇਆ ਗਿਆ ਸੀ, ਉਸ ਗਲੀ ਵਿੱਚ ਜਦੋਂ ਪਠਿਆਰੇ ਦੀ ਭੱਠੀ ਕੋਲ ਪਹੁੰਚੇ ਨੇ, ਉਹ ਪਠਿਆਰੇ ਨੇ ਪਹਿਚਾਣ ਲਿਆ, ਇਹ ਤਾਂ ਉਹੀ ਦੀਵਾਨ ਹੈ ਬਾਦਸ਼ਾਹ ਦਾ ਚੰਦੂ, ਜਿਹਦੀ ਬੜੀ ਕਦੇ ਤੂਤੀ ਬੋਲਦੀ ਸੀ, ਇਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ ਸੀ ਲਾਹੌਰ ਵਿੱਚ। ਅੱਜ ਇਹਦੀ ਆਹ ਹਾਲਤ ਹੋ ਗਈ, ਮੈਂ ਕਿੱਥੇ ਬਖਸ਼ਿਆ ਜਾਵਾਂਗਾ? ਮੇਰੀ ਭੱਠ ਦਾ ਰੇਤ ਗੁਰੂ ਅਰਜਨ ਦੇਵ ਸਾਹਿਬ ਦੇ ਸੀਸ ਵਿੱਚ ਦੁਸ਼ਟ ਨੇ ਪਾ ਦਿੱਤਾ। ਜਿਹੜਾ ਕੜਸ਼ਾ ਮੇਰੇ ਹੱਥ ਵਿੱਚ ਰੇਤ ਵਾਲਾ, ਇਹ ਕੜਸ਼ੇ ਨਾਲ ਗੁਰੂ ਅਰਜਨ ਸਾਹਿਬ ਦੇ ਸੀਸ ਵਿੱਚ ਰੇਤ ਪਾਉਂਦਾ ਰਿਹਾ। ਉਹ ਸਾਰਾ ਸੀਨ ਨੇਤਰਾਂ ਦੇ ਸਾਹਮਣੇ ਆ ਗਿਆ। ਜਦੋਂ ਇਹ ਚੰਦੂ ਭੱਠੀ ਦੇ ਕੋਲੋਂ ਲੰਘਣ ਲੱਗਿਆ, ਮੁਸਕਾਂ ਬੰਨੀਆਂ ਹੋਈਆਂ ਇਸ ਦੀਆਂ, ਗੁਰੂ ਦੇ ਸਿੱਖ ਇਹਨੂੰ ਡੰਗਰਾਂ ਦੇ ਵਾਂਗ, ਪਸ਼ੂਆਂ ਵਾਂਗ ਖਿੱਚੀ ਜਾਂਦੇ ਨੇ। ਉਹਨੇ ਵੀਰ ਰਸ ਵਿੱਚ ਆ ਕੇ ਪਠਿਆਰੇ ਨੇ ਇੰਨੇ ਜ਼ੋਰ ਦੇ ਨਾਲ, ਬਲ ਦੇ ਨਾਲ ਗਰਮ ਗਰਮ ਕੜਛਾ ਰੇਤ ਵਿੱਚੋਂ ਕੱਢ ਕੇ ਇਹਦੇ ਮਾਰਿਆ, ਮੂੰਹ ਤੋਂ ਲੈ ਕੇ ਥੱਲੇ ਤੱਕ ਸਰੀਰ ਪਾੜ ਦਿੱਤਾ। ਜਿਹੜੀਆਂ ਆਂਦਰਾਂ ਸੀ ਅੰਦਰੋਂ ਨਿਕਲ ਕੇ ਬਾਹਰ ਡਿੱਗੀਆਂ, ਅਤੇ ਇਸ ਦੁਸ਼ਟ ਪਾਪੀ ਦਾ ਦੇਸ਼, ਕਾਲ ਅਤੇ ਵਸਤੂ ਉੱਥੇ ਇਕੱਠਾ ਕਰ ਦਿੱਤਾ। ਕਮੌਤੇ ਹੋ ਕਰਕੇ ਮਰਿਆ। ਇਹ ਬਾਦਸ਼ਾਹ ਦੇ ਦੀਵਾਨ ਨੂੰ ਪਕੜਨਾ, ਗ੍ਰਿਫਤਾਰ ਕਰਨਾ, ਇਹ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਕੌਣ ਕਰ ਸਕਦਾ ਸੀ?
ਕਈ ਵਾਰੀ ਸਵਾਲ ਉੱਠਦੇ ਨੇ ਸਾਡੇ ਮਨਾਂ ਵਿੱਚ, ਕਈ ਜੀਵ ਇਹ ਕਹਿ ਦਿੰਦੇ, ਪ੍ਰਚਾਰਕ ਵੀ ਬੋਲ ਦਿੰਦੇ ਨੇ, ਸਾਨੂੰ ਜੀ ਗੁਰੂ ਨਾਨਕ ਸਾਹਿਬ ਦੇ ਮਿਸ਼ਨ 'ਤੇ ਚੱਲਣਾ ਚਾਹੀਦਾ ਹੈ। ਕਹਿਣ ਤੋਂ ਭਾਵ ਉਹਨਾਂ ਦਾ ਕੀ ਹੁੰਦਾ ਜੀ, ਸ਼ਾਸਤਰ ਚੁੱਕਣ ਦੀ ਕੀ ਲੋੜ ਹੈ? ਗੁਰੂ ਹਰਗੋਬਿੰਦ ਸਾਹਿਬ ਨੇ ਕਿਉਂ ਜੰਗ ਕੀਤੇ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਕਿਉਂ ਜਿੱਤੀਆਂ? ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗ ਕਿਉਂ ਫਤਿਹ ਕੀਤੇ? ਗੁਰੂ ਨੂੰ ਕੀ ਲੋੜ ਪਈ ਸੀ ਜੰਗ ਕਰਨ ਦੀ? ਜਿਸ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਕੋਈ ਬਿਮਾਰੀ ਘਰ ਕਰ ਜਾਵੇ, ਰੋਗ ਦਾ ਇਲਾਜ ਸਹੀ ਨਾ ਹੋਵੇ ਡਾਕਟਰ ਦੇ ਕੋਲੋਂ, ਕੋਈ ਦਾਰੂ ਬੂਟੀ ਕੰਮ ਨਾ ਕਰੇ, ਰੋਗ ਘਾਤਕ ਬਣ ਜਾਂਦਾ ਹੈ, ਬੰਦੇ ਦੀ ਜਾਨ ਜਾ ਸਕਦੀ ਹੈ, ਮੌਤ ਹੋ ਸਕਦੀ, ਫਿਰ ਸਿਆਣਾ ਡਾਕਟਰ ਕੀ ਕਰਦਾ? ਇੰਜੈਕਸ਼ਨ ਨਹੀਂ ਦਿੰਦਾ ਹੈ, ਕੋਈ ਦਵਾਈ ਬੂਟੀ ਨਹੀਂ ਦੇਵੇਗਾ ਉਹਨੂੰ ਖਾਣ ਵਾਸਤੇ, ਔਜ਼ਾਰ ਆਪਣੇ ਚੁੱਕ ਕਰਕੇ ਉਹਦਾ ਪੇਟ ਪਾੜੇਗਾ, ਪੇਟ ਪਾੜ ਕੇ ਆਪਰੇਸ਼ਨ ਕਰੇਗਾ, ਆਪਰੇਸ਼ਨ ਦੇ ਨਾਲ ਉਹਦਾ ਜਿਹੜਾ ਅੰਦਰਲਾ ਕੋਈ ਰੋਗ ਹੈ ਉਹਦੀਆਂ ਜੜ੍ਹਾਂ ਕੱਟ ਦਿੰਦਾ ਅਤੇ ਫਿਰ ਬੰਦੇ ਦੀ ਜ਼ਿੰਦਗੀ ਬਚ ਜਾਂਦੀ ਹੈ। ਡਾਕਟਰ ਨੇ ਪੇਟ ਪਾੜਿਆ ਕਿ ਉਹਨੂੰ ਖਤਮ ਕਰਨ ਵਾਸਤੇ ਨਹੀਂ ਪਾਈ, ਉਹ ਜੀਵ ਦੇ ਭਲੇ ਵਾਸਤੇ ਕਰਦਾ ਹੈ। ਗੁਰੂ ਸਾਹਿਬ ਨੇ ਜਿਹੜੇ ਜੰਗ ਕੀਤੇ ਨੇ, ਜੋ ਸਤਿਗੁਰੂ ਪਾਤਸ਼ਾਹ ਨੇ ਯੁੱਧ ਕੀਤੇ ਨੇ, ਇਹ ਸਾਡੇ ਭਲੇ ਵਾਸਤੇ ਕੀਤੇ ਨੇ। ਅੱਜ ਆ ਸਾਡੇ ਦੀਵਾਨ ਨਾ ਸਜਦੇ, ਅੱਜ ਕੀਰਤਨ ਕਥਾ ਦੇ ਸਮਾਗਮ ਨਾ ਕਿਤੇ ਹੁੰਦੇ, ਕਿਤੇ ਦੁਨੀਆ ਵਿੱਚ ਅਖੰਡ ਪਾਠ ਨਾ ਕੋਈ ਗੁਰਬਾਣੀ ਦਾ ਕਰ ਸਕਦਾ, ਕਰਵਾ ਸਕਦਾ, ਜੇ ਸਤਿਗੁਰੂ ਜੰਗ ਨਾ ਕਰਦੇ। ਚੂੜਾਮਣ ਕਵੀ ਸੰਤੋਖ ਸਿੰਘ ਜੀ ਹੋਰਾਂ ਨੇ ਇਸੇ ਲਈ ਬੜੇ ਪਿਆਰ ਵਿੱਚ ਗੁਰੂ ਗੋਬਿੰਦ ਸਿੰਘ ਦੀ ਸਿਫਤ ਕੀਤੀ ਹੈ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਨੀਆ ਵਿੱਚ ਨਾ ਆਉਂਦੇ ਅੱਜ ਨਕਸ਼ਾ ਕੁਝ ਇੱਥੇ ਹੋਰ ਹੋਣਾ ਸੀ। ਸਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਪੁਰਾਨ ਕੀ, ਪਾਪ ਪਰ ਪੱਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ। ਅੱਜ ਇੱਥੇ ਅੱਲਾਹੂ ਅਕਬਰ ਹੂੰ ਦੇ ਨਾਰੇ ਗੂੰਜਣੇ ਸਨ ਦੁਨੀਆ ਦੇ ਅੰਦਰ ਸਾਧ ਸੰਗਤ ਜੀ, ਅਤੇ ਕਿੱਥੇ ਇਹ ਗੁਰਮਤਿ ਸਮਾਗਮ ਹੋਣੇ ਸੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੇ ਜੰਗ ਕੀਤੇ ਨੇ, ਜ਼ੁਲਮ ਦਾ ਨਾਸ਼ ਕਰਨ ਵਾਸਤੇ ਕੀਤੇ ਨੇ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਕੀਤੀਆਂ, ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ ਸਤਿਗੁਰਾਂ ਨੇ। ਬਾਦਸ਼ਾਹ ਔਰੰਗਜ਼ੇਬ ਜੀ ਤੋਂ ਥਰ ਥਰ ਦੁਨੀਆ ਕੰਬਦੀ ਸੀ, ਅਤੇ ਖਾਲੇ ਦਾ ਵਾੜਾ ਨਹੀਂ ਸੀ ਕਿ ਉਹਨੂੰ ਦੁਨੀਆ ਤੋਂ ਕੋਈ ਤੋਰ ਦਿੰਦਾ, ਉਹਦੇ ਰਾਜ ਨੂੰ ਕਰਕ ਕੋਈ ਕਰ ਸਕਦਾ, ਇਹ ਕੇਵਲ ਅਤੇ ਕੇਵਲ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਣ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਹੜੀਆਂ ਜੰਗਾਂ ਕੀਤੀਆਂ ਨੇ ਸਾਡੇ ਭਲੇ ਵਾਸਤੇ ਕੀਤੀਆਂ। ਜੇ ਕਿਤੇ ਜੰਗ ਨਾ ਕਰਦੇ ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਜੇ ਕਿਤੇ ਨਾ ਹੁੰਦੀ ਤਾਂ ਸ਼ਾਇਦ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਵੀ ਨਾ ਹੁੰਦੀ। ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਤਾਂ ਸ਼ਾਇਦ ਖਾਲਸਾ ਪੰਥ ਵੀ ਨਾ ਸਾਜਦੇ ਸਤਿਗੁਰੂ ਪਾਤਸ਼ਾਹ। ਗੁਰੂ ਸਾਹਿਬ ਦੀ ਸ਼ਹਾਦਤ ਦੇ ਵਿੱਚੋਂ ਅਸੀਂ ਪੈਦਾ ਹੋਏ, ਖਾਲਸਾ ਪੰਥ ਗੁਰੂ ਦੀਆਂ ਕੁਰਬਾਨੀਆਂ ਦੇ ਵਿੱਚੋਂ ਬਣਿਆ ਹੈ।
ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ ਬਣ ਗਏ। ਅੱਜ ਤੱਕ ਦੁਨੀਆ ਦੇ ਅੰਦਰ ਕਿੰਨੀਆਂ ਸਾਧ ਸੰਗਤ ਸਰਕਾਰਾਂ, ਕਿੰਨੇ ਰਾਜੇ ਮਹਾਰਾਜੇ ਹੋ ਗੁਜ਼ਰੇ, ਪਤਾ ਨਹੀਂ ਕਿੰਨੇ ਹੋਣੇ ਨੇ, ਪਰੰਤੂ ਗੁਰੂ ਅਰਜਨ ਦੇਵ ਸਾਹਿਬ ਦਾ ਲਾਇਆ ਹੋਇਆ ਸਿੱਖੀ ਦਾ ਜਿਹੜਾ ਬੂਟਾ ਸ਼ਹਾਦਤ ਦੇ ਕੇ ਗੁਰਾਂ ਨੇ ਖੂਨ ਪਾਇਆ ਜੀ ਦੀਆਂ ਜੜ੍ਹਾਂ ਵਿੱਚ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਸਾਡੇ ਮਨਾਂ 'ਚ ਹੀ ਭੁਲੇਖੇ ਹੁੰਦੇ ਜੀ, ਸਾਡੀ ਕੌਮ ਘੱਟ ਗਈ, ਸਾਡੀ ਗਿਣਤੀ ਘੱਟ ਗਈ। ਅਸੀਂ ਤਾਂ ਉਦੋਂ ਨਹੀਂ ਖਤਮ ਹੋਏ ਜਦੋਂ ਮੀਰ ਮੰਨੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ 'ਤੇ ਪਾਬੰਦੀ ਲਾ ਦਿੱਤੀ ਸੀ। ਜਿਹੜਾ ਸਿੱਖ ਜਾਂਦਾ ਸੀ ਇਸ਼ਨਾਨ ਕਰਨ ਵਾਸਤੇ, ਮੁੜ ਕੇ ਆਉਣ ਦੀ ਕੋਈ ਉਹਦੀ ਆਸਾ ਨਹੀਂ ਹੁੰਦੀ ਸੀ। ਗੋਲੀਆਂ ਦੇ ਨਿਸ਼ਾਨੇ ਬਣ ਕਰਕੇ ਸ਼ਹੀਦ ਹੋ ਜਾਂਦੇ, ਭਾਈ ਮਨਸਾ ਸਿੰਘ ਜੀ ਵਰਗੇ ਜੋਤਾਂ ਜਗਾਉਣ ਜਾਂਦੇ, ਗੋਲੀਆਂ ਨਾਲ ਸਰੋਵਰ ਵਿੱਚ ਸ਼ਹੀਦ ਹੋਏ, ਅਤੇ ਉਦੋਂ ਵੀ ਸਾਡੀ ਗਿਣਤੀ ਕੇਵਲ ਉਂਗਲਾਂ 'ਤੇ ਸੀ, ਉਦੋਂ ਨਹੀਂ ਖਤਮ ਹੋਏ। ਅੱਜ ਤਾਂ ਕਰੋੜਾਂ ਵਿੱਚ ਸਾਡੀ ਗਿਣਤੀ ਹੈ। ਇਹ ਸਾਡੀਆਂ ਢਹਿੰਦੀ ਕਲਾ ਦੀਆਂ ਨਿਸ਼ਾਨੀਆਂ ਨੇ। ਬਾਣੀ ਤੋਂ ਅਸੀਂ ਟੁੱਟ ਗਏ, ਸਿਮਰਨ ਤੋਂ ਅਸੀਂ ਖੁੰਝ ਗਏ, ਸੇਵਾ ਸਾਡੇ ਕੋਲੋਂ ਜਾਂਦੀ ਰਹੀ, ਅਤੇ ਸਾਧ ਸੰਗਤ ਜੀ ਜਦੋਂ ਸੇਵਾ ਅਤੇ ਸਿਮਰਨ ਚਲੇ ਜਾਂਦੇ, ਫਿਰ ਇਸ ਤਰ੍ਹਾਂ ਦੀ ਅੰਦਰਲੀ ਮਾਨਸਿਕ ਅਵਸਥਾ ਡਾਵਾਂਡੋਲ ਹੋ ਜਾਂਦੀ। ਘਰੇ ਬੈਠੇ ਬੰਦਾ ਡਰੀ ਜਾਂਦਾ, ਪਤਾ ਨਹੀਂ ਕੀ ਹੋਣਾ ਕੀ ਹੋਣਾ। ਇਹ ਕੌਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਗੁਰੂ ਨਾਨਕ ਸਾਹਿਬ ਦਾ ਜਿਹੜਾ ਸਿੱਖ ਪੰਥ ਹੈ ਸਾਧ ਸੰਗਤ ਜੀ, ਇਹਨੂੰ ਕੋਈ ਦੁਨੀਆ ਵਿੱਚ ਖਤਮ ਨਹੀਂ ਕਰ ਸਕੇਗਾ। ਲਹਿਰਾਂ ਆਉਂਦੀਆਂ ਨੇ ਸਮੁੰਦਰਾਂ ਦੇ ਅੰਦਰ, ਕਦੇ ਕਿਸੇ ਤਰ੍ਹਾਂ ਕਦੇ ਕਿਸੇ ਤਰ੍ਹਾਂ ਦੀਆਂ ਲਹਿਰਾਂ ਚੱਲਦੀਆਂ ਨੇ। ਇਹਨੂੰ ਸਿੱਖੀ ਨੂੰ ਕੋਈ ਖਤਮ ਕਰਨ ਵਾਲਾ ਨਹੀਂ ਜੰਮਿਆ ਹੈ। ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਸਾਧ ਸੰਗਤ ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਸਭਨਾਂ ਦੇ ਸਿਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਗੁਰਸਿੱਖੀ ਵਿੱਚ ਪਰਪੱਕਤਾ, ਨਿਤਨੇਮ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਸਾਨੂੰ ਨਿਵਾਜਦੇ ਰਹਿਣ, ਅਤੇ ਇਹਦੇ ਨਾਲ ਹੀ ਫਿਰ ਸਾਧ ਸੰਗਤ ਸਾਡਾ ਜੀਵਨ ਜਿਹੜਾ ਸਫਲਾ ਹੋਵੇਗਾ। ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ, ਪਰਸੋਂ ਰੋਜ਼ ਤੋਂ ਲੈ ਕੇ ਕੱਲ੍ਹ ਰੋਜ਼ ਆਪ ਸੰਗਤਾਂ ਨਾਲ ਸਾਂਝ ਕੀਤੀ ਹੈ ਗੁਰਮਤਿ ਵਿਚਾਰਾਂ ਦੀ। ਅੱਜ ਤੱਕ 3 ਦਿਨ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹਨ। ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖਿਮਾ ਬਖਸ਼ਣੀ, ਕਿਸੇ ਗੁਰੂ ਪਿਆਰੇ ਨੂੰ ਕੋਈ ਦਿਲ ਨੂੰ ਠੇਸ ਦੇਣ ਵਾਲਾ ਕੋਈ ਬੋਲ ਬੋਲਿਆ ਗਿਆ ਹੋਵੇ ਅਤੇ ਦਾਸ ਨੂੰ ਆਪ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰ ਦੇਣੀ, ਇੰਨਾ ਸਮਾਂ ਪ੍ਰਵਾਨ ਕਰਿਓ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਮੁੱਚੇ ਪ੍ਰਬੰਧਕ ਵੀਰਾਂ ਦਾ ਜਿਹੜੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਤਿਗੁਰੂ ਪਾਤਸ਼ਾਹ ਦੇ ਦਰ ਘਰ ਦੀਆਂ ਸੇਵਾਵਾਂ ਨਿਭਾ ਰਹੇ ਨੇ। ਸਾਰੇ ਪ੍ਰਬੰਧਕ ਵੀਰਾਂ ਦਾ, ਪ੍ਰਧਾਨ ਸਾਹਿਬ ਜੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇਸ ਸਥਾਨ ਦੇ ਮੁੱਖ ਗ੍ਰੰਥੀ ਸਾਹਿਬਾਨ, ਗ੍ਰੰਥੀ ਸਾਹਿਬਾਨ ਜਿੰਨੇ ਸੇਵਾ ਕਰ ਰਹੇ ਨੇ, ਰਾਗੀ ਸਿੰਘ ਹਨ ਗੁਰੂ ਪਿਆਰੇ, ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹੈ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ